ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ। ਤੁਸੀਂ ਦੇਖ ਰਹੇ ਹੋ ਕਿ ਅਲਫਾਸ ਨੂੰ ਅੱਜ ਦੀ ਵੱਡੀ ਅਪਡੇਟ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੈ। ਹੁਣ 1 ਅਕਤੂਬਰ ਨੂੰ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹੋਣਗੀਆਂ, ਉਸਦੀ ਤਰੀਕ ਬਦਲ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਹੁਣ ਚੋਣਾਂ 5 ਅਕਤੂਬਰ ਨੂੰ ਹੋਣਗੀਆਂ ਅਤੇ ਇਸ ਦੇ ਨਤੀਜੇ 8 ਅਕਤੂਬਰ ਨੂੰ ਆਉਣਗੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ 1 ਅਕਤੂਬਰ ਨੂੰ ਚੋਣ ਕਰਵਾਏ ਜਾਣ ਦਾ ਐਲਾਨ ਕੀਤਾ ਸੀ। ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ, ਪਰ ਦੂਜੇ ਪਾਸੇ BJP ਵੱਲੋਂ ਇਹ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ 1 ਅਕਤੂਬਰ ਵਾਲੇ ਦਿਨਾਂ ਦੇ ਛੁੱਟੀਆਂ ਦੇ ਦਿਨ ਅਤੇ ਚੋਣ ਦੀ ਪ੍ਰਤੀਸ਼ਤਤਾ ਉਹਦੇ 'ਤੇ ਫਰਕ ਪਵੇਗਾ, ਇਸ ਲਈ ਤਰੀਕ ਬਦਲਣ ਦੀ ਮੰਗ ਕੀਤੀ ਗਈ ਸੀ। ਦੂਜੇ ਪਾਸੇ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਹਰਿਆਣਾ ਦੇ ਬਿਸ਼ਨੋਈ ਸਮਾਜ ਦਾ ਇੱਕ ਤਿਉਹਾਰ ਵੀ ਹੈ, ਜਿਸ ਨੂੰ ਲੈ ਕੇ ਵੋਟ ਪਰਸੈਂਟੇਜ 'ਤੇ ਅਸਰ ਪੈ ਸਕਦਾ ਹੈ। ਇਸ ਮੰਗ ਕੀਤੀ ਗਈ ਸੀ ਜਿਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਇਹ ਤਾਰੀਖ ਬਦਲ ਦਿੱਤੀ ਗਈ ਹੈ ਔਰ ਹੁਣ ਇਹ 1 ਅਕਤੂਬਰ ਦੀ ਜਗ੍ਹਾ 5 ਅਕਤੂਬਰ ਨੂੰ ਚੋਣਾਂ ਹੋਣਗੀਆਂ ਹਰਿਆਣਾ ਦੇ ਵਿੱਚ, 8 ਅਕਤੂਬਰ ਨੂੰ ਇਸ ਦੇ ਨਤੀਜੇ ਆਉਣਗੇ। ਇਹ ਵੱਡੀ ਖਬਰ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ। ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਪਾਰਟੀਆਂ ਵੱਲੋਂ ਮੈਦਾਨ ਦੇ ਵਿੱਚ ਆਪਣੇ ਆਪਣੇ ਦਾਅਵੇਦਾਰੀ ਪੇਸ਼ ਕਰਕੇ ਨੇਤਾਵਾਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਚੋਣ ਕਮਿਸ਼ਨ ਨੂੰ ਇਹ ਪੱਤਰ ਵੀ ਲਿਖਿਆ ਗਿਆ ਸੀ BJP ਵੱਲੋਂ ਅਤੇ ਕੁਝ ਹੋਰ ਪਾਰਟੀਆਂ ਵੱਲੋਂ ਵੀ ਮੰਗ ਕੀਤੀ ਗਈ ਸੀ ਕਿ ਵੋਟ ਪਰਸੈਂਟੇਜ ਘੱਟ ਹੋ ਸਕਦੀ ਹੈ ਕਿਉਂਕਿ ਉਹਨਾਂ ਦਿਨਾਂ 'ਚ ਤਿਉਹਾਰ ਹੈ ਹਰਿਆਣਾ ਦੇ ਬਿਸ਼ਨੋਈ ਸਮਾਜ ਦਾ, ਔਰ ਦੂਜੇ ਪਾਸੇ ਉਹਨਾਂ ਦਿਨਾਂ ਛੁੱਟੀਆਂ ਹੋਣ ਕਰਕੇ ਕਿਹਾ ਜਾ ਰਿਹਾ ਸੀ ਵੋਟ ਪਰਸੈਂਟੇਜ ਪ੍ਰਭਾਵਿਤ ਹੋ ਸਕਦੀ ਹੈ। ਇਹ ਮੰਗ ਚੋਣ ਕਮਿਸ਼ਨ ਨੇ ਮੰਨ ਲਈ ਹੈ ਅਤੇ ਇਹ ਤਾਰੀਖ ਨੂੰ ਅੱਗੇ ਕਰਦੇ ਹੋਏ 5 ਅਕਤੂਬਰ ਨੂੰ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਔਰ 8 ਅਕਤੂਬਰ ਨੂੰ ਇਹਨਾਂ ਦੇ ਨਤੀਜੇ ਆਉਣਗੇ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ। ਹੋਰ ਅਪਡੇਟ ਦਿੰਦੇ ਰਹਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਫੇਸਬੁੱਕ ਪੇਜ 'ਤੇ ਦੇਖ ਲਿਓ ਅਤੇ ਪੇਜ ਨੂੰ ਕਰ ਲਿਓ ਫੋਲੋ। ਬਹੁਤ ਬਹੁਤ ਧੰਨਵਾਦ।